मान लो इतना इनफॉर्मेशन मिली सी कि मतलब जी अपनी नहर चल रही है ना आदमपुर वाली नहर से ये कोई है ना अपन वैपन से ज कोई गोला बरूद पिया है फिर साड़ा संपर्क इन्हों होया सी अपने श्री भारद्वाज जी है गोताखोर टीम के मैंबर ने प्रधान ने तो इन्हों की अज मदद नाल उन्हों कढ़िया गया आ मान लो इतना इनफॉर्मेशन मिली सी कि मतलब जी अपनी नहर चल रही है ना आदमपुर वाली नहर से ये कोई है ना अपन वैपन से ज कोई गोला बरूद पिया है फिर साड़ा संपर्क इन्हों होया सी अपने श्री भारद्वाज जी है गोताखोर टीम के मैंबर ने प्रधान ने तो इन्हों की अज मदद नाल उन्हों कढ़िया गया आ बाकी ये देख लें की हैगा सारा पड़ताल कर लें भी ये हथियार कहदे आ कोई किसी ने सीटे आ ज वैसे ही कोई है वो सारा पड़ताल दबा पड़ा की मिले है की मिले है। दो गोले आ चले हुए लग रहे सानू वो जो तोप वाले गोले होंगे आ बाकी मतलब है मतलब की कहते हैं देसी वैपन कोई राइफल आ कोई पिस्टल टाइप जो है मैगजीन है जाँच अच्छे अज ही क्लीयर कर लेना सारा कुछ की है कितने नहीं है इसके अलावा और थाना तो भी कितने मिला है कुछ नहीं असं कर रहे हैं जी वो सब कर असं इन्हें मदद लै रहे हैं बड़ी वधिया है भारद्वाज जी इन्हों का सारी मदद लैके अभी कढ़ावे वरतों के बच्चे है या नहीं है नहीं मैं नहीं दस सकता इस बारे तो एक्सपर्ट दस सकते ਬੋਲੇ ਸ਼ੰਕਰ ਡਾਈਵਰ ਕਲੱਬ ਟੀਮ ਹੈ ਗੋਤਾਖੋਰ ਡੈੱਡ ਬੋਡੀਆਂ ਜਿਹੜੀਆਂ ਉਹ ਲੱਭਦੇ ਹੈਗੇ ਨਹਿਰਾਂ ਦੇ ਵਿੱਚ ਵੱਖ ਵੱਖ ਥਾਂ 'ਤੇ ਜਾ ਕੇ ਲੱਭਦੇ ਆ ਅਤੇ ਇਸੇ ਦੌਰਾਨ ਸਾਨੂੰ ਇੱਕ ਗੋਤਾਖੋਰਾਂ ਜਦੋਂ ਡੈੱਡ ਬੋਡੀ ਲੱਭ ਰਹੇ ਸੀਗੇ ਸਾਨੂੰ ਕੁਛ ਹਥਿਆਰ ਮਿਲੇ ਸੀਗੇ ਜਿਹਦੇ ਵਿੱਚ ਅਸੀਂ ਹਥਿਆਰ ਇਹਦੇ ਬਾਰੇ SSP ਸਾਹਿਬ ਨੂੰ ਦੱਸਿਆ ਅਤੇ DSP ਸਾਹਿਬ ਨੂੰ ਦੱਸਿਆ ਅਤੇ CIA ਇੰਚਾਰਜ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਮੌਕੇ 'ਤੇ ਆ ਕੇ ਸਾਡੇ ਕੋਲੋਂ ਲੋਕੇਸ਼ਨ ਪੁੱਛ ਕੇ ਅਤੇ ਮੌਕੇ 'ਤੇ ਆ ਕੇ ਜਿਹੜੇ ਹਥਿਆਰ ਹੈ ਉਹ ਕਢਵਾਏ ਗਏ ਹੈ ਕੀ ਹਥਿਆਰ ਹੈ ਲਗਭਗ ਇੱਕ ਦਰਜਨ ਤੋਂ ਜ਼ਿਆਦਾ ਹਥਿਆਰ ਨੇ ਅਤੇ ਦੋ ਵੱਡੇ ਵੱਡੇ ਜੇ ਕੋਈ ਲੋਹੇ ਦੇ ਜਾਂ ਕਹਿ ਸਕਦੇ ਬੰਬ ਜਾਂ ਕੁਛ ਐਸਾ ਕੁਛ ਹੋ ਸਕਦਾ ਕੀ ਲੱਗਦਾ ਹਥਿਆਰ ਹੈ ਕਿੱਦਾਂ ਦੇ ਕੀ ਰਾਈਫਲ ਵਗੈਰਾ ਜਾਂ ਪਿਸਟਲ ਵਗੈਰਾ ਨਹੀਂ ਦੋ ਰਾਈਫਲਾਂ ਵੱਡੀਆਂ ਵਾਲੀਆਂ ਨੇ ਜੀ ਅਤੇ ਬਾਕੀ ਸਿਕਸਰ ਅਤੇ ਮਾਊਜ਼ਰ ਇਸ ਤਰ੍ਹਾਂ ਦੀ ਚੀਜ਼ਾਂ ਨੇ ਅਤੇ ਦੇਸੀ ਕੱਟੇ ਨੇ ਵਿੱਚ ਟੋਟਲ ਕਿੰਨੇ ਕੁ ਪੁਰਾਣੇ ਲੱਗਦੇ ਦੇਖਣ 'ਚ ਕਿੰਨੇ ਕੁ ਅੰਦਾਜ਼ੇ ਪੁਰਾਣੇ ਕੁਛ ਤਾਂ ਕੁਛ ਪੁਰਾਣੇ ਨੇ ਹੈਗੇ ਅਤੇ ਕੁਛ ਨਵੇਂ ਹੈਗੇ ਬਿਲਕੁਲ ਜਿਵੇਂ ਸੀਲਡ ਪੈਕ ਹੁੰਦੇ ਕੁੱਲ ਕਿੰਨੇ ਕੁ ਨਿਕਲੇ ਅੰਦਰੋਂ ਕੁੱਲ ਸਾਡੇ ਹਿਸਾਬ ਨਾਲ ਇੱਕ ਦਰਜਨ ਤੋਂ ਜ਼ਿਆਦਾ ਲੋਕੇਸ਼ਨ ਜਿਹੜੀ ਹੈ ਸਮਾਨ ਜਿਹੜੇ ਵੱਡੇ ਬੰਬ ਨਿਕਲੇ ਇਹ ਕੀ ਚੀਜ਼ ਹੈ ਜਿਹੜੇ ਵੱਡੇ ਹੁੰਦੇ 50 ਕਿਲੋ ਵੱਧ ਵਜਨ ਹੈ ਜਿਹਦਾ ਇਹ ਕੋਈ ਮੇਰੇ ਹਿਸਾਬ ਨਾਲ ਵੀ ਤੋਪ ਜਾਂ ਕਿਸੇ ਚੀਜ਼ ਦੇ ਵਿੱਚ ਇਹ ਇਹਦੀ ਵਰਤੋਂ ਹੁੰਦੀ ਹੈ ਵੀ ਉਹ ਜਿਹੜੇ ਆ ਨਿਕਲੇ ਹੈਗੇ ਦੋ ਹੋਰ ਵੀ ਹੈਗੇ ਨੇ ਕੋਈ ਜੀ ਹੋਰ ਹੁਣ ਗੋਤਾਖੋਰ ਲੱਭਣਗੇ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਮਤਲਬ ਮਿਲੂਗੀ ਸਾਨੂੰ ਜਾਂ ਲੱਭਣਗੇ ਤਾਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਪਹਿਲਾਂ ਦਿੰਦੇ ਹਾਂ ਫਿਰ ਅਸੀਂ ਜਾ ਕੇ ਕਾਰਵਾਈ ਕਰਦੇ ਇਹ ਫਤਿਹਗੜ੍ਹ ਸਾਹਿਬ ਹੈ ਜੀ ਸਰਹੰਦ ਪੈਂਦਾ ਹੈਗਾ ਇਸਤੇਮਾਲ ਹੋ ਸਕਦਾ ਜੀ ਜੇ ਇਹਨੂੰ ਠੀਕ ਕਰਿਆ ਜਾਵੇ ਤਾਂ ਇਸਤੇਮਾਲ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਹਾਂਜੀ ਪ੍ਰਸ਼ਾਸਨ ਨੂੰ ਕੋਈ ਇਤਲਾਹ ਦਿੱਤੀ ਸੀ ਇਸ ਤੋਂ ਪਹਿਲਾਂ ਜੀ ਇੱਕ ਮੰਗ ਪੱਤਰ ਅਸੀਂ DGP ਸਾਹਿਬ ਨੂੰ ਦਿੱਤਾ ਸੀਗਾ ਅਤੇ CM ਸਾਹਿਬ ਨੂੰ ਵੀ ਦਿੱਤਾ ਸੀਗਾ ਅਤੇ SSP ਸਾਹਿਬ ਨੂੰ ਵੀ ਦਿੱਤਾ ਸੀ ਇਹ ਮੇਲਾ ਕਰਾਈਆਂ ਗਈਆਂ ਸੀਗੀਆਂ ਜੋ ਮੇਲ ਕਰਦੇ ਨੇ ਉਹ ਮੇਲ ਕਰਾਈਆਂ ਗਈਆਂ ਸੀ ਸਾਡੇ ਵੱਲੋਂ ਅਤੇ ਉਹਦੇ ਬਾਅਦ ਫਿਰ SSP ਸਾਹਿਬ ਨੂੰ ਮੈਸੇਜ ਕਰਿਆ ਅਤੇ ਉਹਨਾਂ ਨੇ ਤੁਰੰਤ ਇਸ ਚੀਜ਼ ਦਾ ਐਕਸ਼ਨ ਲਿੱਤਾ ਅਤੇ ਸਾਨੂੰ ਮੌਕੇ 'ਤੇ ਬੁਲਾਇਆ ਸ਼ੰਕਰ ਜੀ ਹੋਰ ਵੀ ਨਹਿਰਾਂ ਤੋਂ ਤੁਸੀਂ ਬੋਡੀਆਂ ਲੱਭਦੇ ਹੋ ਉੱਥੋਂ ਵੀ ਕੋਈ ਅਸਲਾ ਵਗੈਰਾ ਮਿਲਦੀ ਹੈ ਨਹੀਂ ਹਾਲੇ ਤਾਂ ਫਿਲਹਾਲ ਦਿੱਤਾ ਸਾਨੂੰ ਕਿਤੋਂ ਹੋਰ ਨਹੀਂ ਮਿਲੇ ਇੱਥੋਂ ਹੀ ਮਿਲੇ ਨੇ ਸਾਨੂੰ ਸ਼ੰਕਰ ਜਿੱਥੇ ਜੋ